पास परसेंटेज ऑफ गर्ल्स 90.63, 90.63, पास परसेंटेज ऑफ बॉयज 81.30। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਨੇ। ਇਸ ਵਾਰ ਨਤੀਜਿਆਂ ਦੇ ਵਿੱਚ ਲੜਕੀਆਂ ਦਾ ਦਬਦਬਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਨੇ ਨਤੀਜੇ ਘੋਸ਼ਿਤ ਕਰਦੇ ਹੋਏ ਦੱਸਿਆ ਕਿ ਬੋਰਡ ਦੀ 10ਵੀਂ ਜਮਾਤ ਦੇ ਵਿੱਚ ਰੈਗੂਲਰ ਅਤੇ ਓਪਨ ਤੌਰ ਤੇ ਕੁੱਲ 3,17,387 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2,71,554 ਵਿਦਿਆਰਥੀ ਪਾਸ ਹੋਏ ਨੇ। ਉਹਨਾਂ ਨੇ ਦੱਸਿਆ ਕਿ 10ਵੀਂ ਜਮਾਤ ਦਾ ਓਵਰਆਲ ਨਤੀਜਾ 85.56% ਰਿਹਾ ਹੈ, ਜੋ ਕਿ ਪਿਛਲੇ ਸਾਲ ਤੋਂ ਵੱਧ ਹੈ। ਬੋਰਡ ਦੀ ਪ੍ਰੀਖਿਆ ਦੇ ਵਿੱਚ ਇਸ ਵਾਰ ਲੜਕੀਆਂ ਦਾ ਦਬਦਬਾ ਰਿਹਾ ਹੈ। ਲੁਧਿਆਣਾ ਦੀ ਨੇਹਾ ਵਰਮਾ ਨੇ 99.54% ਅੰਕ ਪ੍ਰਾਪਤ ਕੀਤੇ ਨੇ ਅਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉੱਥੇ ਦੂਜੇ ਸਥਾਨ ਤੇ ਰਹਿਣ ਵਾਲੀ ਅੰਕਿਤਾ ਸਚਦੇਵਾ ਨੇ 99.23% ਅੰਕ ਪ੍ਰਾਪਤ ਕੀਤੇ ਨੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਅਭਿਗਿਆਨ ਕੁਮਾਰ ਨੇ 99.8%। ਇਸ ਤੋਂ ਇਲਾਵਾ ਕਈ ਹੋਰ ਬੱਚਿਆਂ ਨੇ ਵੀ ਇੰਨੇ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਦੇ ਨਾਲ ਸਪੋਰਟ ਕੋਟੇ ਦੇ ਵਿੱਚ ਵੀ ਵਿਦਿਆਰਥੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਦਿਖਾਇਆ ਹੈ। ਉੱਥੇ ਦੱਸ ਦਈਏ ਕਿ ਇਸ ਵਾਰੀ ਬੋਰਡ ਦੇ ਵੱਲੋਂ ਸਪੋਰਟਸ ਦੇ ਵੱਖ ਵੱਖ ਟੌਪ 3 ਵਿਦਿਆਰਥੀ ਵੀ ਐਲਾਨੇ ਗਏ ਨੇ। ਪਾਸ ਪਰਸੈਂਟੇਜ ਜਿਹੜੀ ਹੈ ਸਾਡੀ 85.56 ਹੈ ਔਰ 3,17,383 ਬੱਚੇ ਜਿਹੜੇ ਹੈ ਅਪੀਅਰ ਹੋਏ ਸੀ, ਜਿਨ੍ਹਾਂ ਵਿੱਚੋਂ 2,71,554 ਬੱਚੇ ਜਿਹੜੇ ਹੈ ਪਾਸ ਹੋਏ ਨੇ ਔਰ ਜਿਹੜੀ ਓਪਨ ਦੀ ਹੈ ਉਹ ਬੱਚੇ ਜਿਹੜੇ ਨੇ 25,017 ਸਨ, ਜਿਨ੍ਹਾਂ ਵਿੱਚੋਂ 8,187 ਪਾਸ ਹੋਏ ਆ। 32.73% ਪਰਸੈਂਟੇਜ ਪਾਸ ਪਰਸੈਂਟੇਜ ਆਫ ਗਰਲਸ 90.63, 90.63, ਪਾਸ ਪਰਸੈਂਟੇਜ ਆਫ ਬੋਇਜ 81.30, 81.30, ਪਾਸ ਪਰਸੈਂਟੇਜ ਆਫ ਅਰਬਨ ਏਰੀਆਸ 83.38, 83.38, ਪਾਸ ਪਰਸੈਂਟੇਜ ਆਫ ਰੂਰਲ ਏਰੀਆਸ 86.67, 86.67, ਪਾਸ ਪਰਸੈਂਟੇਜ ਆਫ ਅਫੀਲੀਏਟਡ ਐਂਡ ਆਦਰਸ਼ ਸਕੂਲਸ 86.95, 86.95 ਜਾਂ 86.95, ਪਾਸ ਪਰਸੈਂਟੇਜ ਆਫ ਐਸੋਸੀਏਟਡ ਸਕੂਲਸ 79.51, 79.51, ਪਾਸ ਪਰਸੈਂਟੇਜ ਆਫ ਗਵਰਨਮੈਂਟ ਸਕੂਲਸ 88.21, 88.21, ਪਾਸ ਪਰਸੈਂਟੇਜ ਆਫ ਏਡਡ ਸਕੂਲ 70.43, 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